ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਭ ਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਕਲਾਸ ਵਿੱਚ। ਸੋ ਦੋਸਤੋ, ਦਸਵੀਂ ਜਮਾਤ ਦਾ ਜਿਹੜਾ ਅਗਲਾ ਪੇਪਰ ਹੈ ਉਹ ਹੈ ਮੈਥ ਦਾ, ਯਾਨੀ ਕਿ ਗਣਿਤ ਦਾ, ਜਿਹੜਾ ਬੇਹੱਦ ਹੀ ਇੰਪੋਰਟੈਂਟ ਪੇਪਰ ਹੈ ਕਿਉਂਕਿ ਸਾਰਿਆਂ ਨੂੰ ਜ਼ਿਆਦਾ ਮੁਸ਼ਕਿਲ ਪੇਪਰ ਇਹਦਾ ਤੇ ਸਾਇੰਸ ਦਾ ਮੰਨਿਆ ਜਾਂਦਾ ਹੈ। ਸੋ ਦੋਸਤੋ, ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਚੈਪਟਰ ਵਾਈਜ਼, ਜਿਵੇਂ ਤੁਹਾਡੇ ਸਿਲੇਬਸ ਟਰਮ 2 ਦੇ ਵਿੱਚ ਜਿੰਨੇ ਵੀ ਚੈਪਟਰ ਨੇ ਉਹਨਾਂ ਦੇ ਚੈਪਟਰ ਵਾਈਜ਼ ਸਾਰੇ ਹੀ ਇੰਪੋਰਟੈਂਟ ਕੁਐਸਚਨ ਇਸ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ, ਜੋ ਕਿ ਪੂਰੀ ਤਰ੍ਹਾਂ ਹੱਲ ਕੀਤੇ ਹੋਏ ਹਨ। ਠੀਕ ਹੈ ਜੀ। ਸੋ ਦੋਸਤੋ, ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਥੋੜੀ ਜਾਣਕਾਰੀ ਦੇਣਾ ਚਾਹੁੰਦੇ ਹਾਂ। ਜੇਕਰ ਤੁਸੀਂ ਸੈਂਪਲ ਪੇਪਰ ਤੇ ਬਣੀ ਵੀਡੀਓ ਦੇਖਣਾ ਚਾਹੁੰਦੇ ਹੋ, ਜੀ ਹਾਂ, ਇਸ ਕਈ ਵਿਦਿਆਰਥੀ ਕਹਿੰਦੇ ਹਨ ਸਾਡੇ ਲਈ ਸੈਂਪਲ ਪੇਪਰ ਹੱਲ ਕਰਕੇ ਲਿਆਓ। ਜੇਕਰ ਤੁਸੀਂ ਸੈਂਪਲ ਪੇਪਰ ਤੇ ਵੀਡੀਓ ਬਣੀ ਦੇਖਣਾ ਚਾਹੁੰਦੇ ਹੋ ਜੋ ਕਿ ਪੂਰੀ ਤਰ੍ਹਾਂ ਸੋਲਵ ਕੀਤਾ ਹੋਇਆ ਹੈ, ਤਾਂ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹ ਸੈਂਪਲ ਪੇਪਰ ਦਾ ਲਿੰਕ ਦੇ ਦਿੱਤਾ ਗਿਆ ਹੈ। ਤੁਸੀਂ ਕਲਿੱਕ ਕਰਕੇ ਸੈਂਪਲ ਪੇਪਰ ਨੂੰ ਵੀ ਤਸੱਲੀ ਨਾਲ ਬੈਠ ਕੇ ਦੇਖ ਸਕਦੇ ਹੋ। ਠੀਕ ਹੈ ਜੀ। ਸੋ ਇਹਦੇ ਇਸ ਵੀਡੀਓ ਦੇ ਵਿੱਚ ਸਾਰੇ ਅਸੀਂ ਚੈਪਟਰ ਵਾਈਜ਼ ਇੰਪੋਰਟੈਂਟ ਕੁਐਸਚਨ ਲੈ ਕੇ ਆਏ ਹਾਂ। ਸੋ ਪੇਪਰਾਂ ਤੋਂ ਜਾਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਦੇਖ ਕੇ ਜਾਣਾ। ਠੀਕ ਹੈ ਜੀ। ਸਾਰੇ ਦੇ ਸਾਰੇ ਇੰਪੋਰਟੈਂਟ ਹਨ ਔਰ ਨਾਲ ਦੀ ਨਾਲ ਸਾਰੇ ਹੱਲ ਵੀ ਕੀਤੇ ਹੋਏ ਹਨ। ਸੋ ਦੋਸਤੋ, ਵੀਡੀਓ ਜੇ ਅਸੀਂ ਅਗਰ ਬੋਲ ਕੇ ਬਣਾਵਾਂਗੇ ਤਾਂ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ, ਪਰ ਅਸੀਂ ਇਸ ਵੀਡੀਓ ਨੂੰ ਤੁਹਾਡੇ ਲਈ ਸਕਰੋਲ ਕਰਾਂਗੇ ਧੀਮੀ ਰਫ਼ਤਾਰ ਦੇ ਵਿੱਚ, ਨੀਚੋਂ ਤੋਂ ਲੈ ਕੇ ਉੱਪਰ ਤੱਕ। ਤੁਸੀਂ ਸਕਰੀਨਸ਼ਾਟ ਲੈਂਦੇ ਜਾਣਾ ਜਾਂ ਫਿਰ ਪੌਜ਼ ਕਰਕੇ ਇਸ ਵੀਡੀਓ ਨੂੰ ਤਸੱਲੀ ਨਾਲ ਬੈਠ ਕੇ ਦੇਖ ਲੈਣਾ। ਠੀਕ ਹੈ ਜੀ। ਸੋ ਦੋਸਤੋ, ਇਹ ਵੀਡੀਓ ਨੂੰ ਸਕਰੋਲ ਕਰਨ ਲੱਗੇ ਹਾਂ, ਸੋ ਇੱਕ ਵਾਰੀ ਪੂਰੀ ਨੂੰ ਦੇਖ ਲੈਣਾ। ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ। ਤਦ ਤੱਕ ਲਈ ਧੰਨਵਾਦ।
ਹੈ।